ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਨਾਮਾ ਦੇ ਵਿੱਚ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕਿਆ। ਕਰਤਾਰਪੁਰ ਲਾਂਘਾ ਖੁੱਲ ਗਿਆ, ਪਰ ਭਾਰਤੀ ਏਜੰਸੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਨੀਂਦ ਉੱਡੀ। ਇਹ ਕਿਸ ਤਰ੍ਹਾਂ ਦੀ ਖਬਰ ਜਿਹੜੀ ਕਿ ਦੁਪਹਿਰ ਬਾਅਦ ਪ੍ਰਕਾਸ਼ਿਤ ਹੋਈ ਹੈ ਸਾਰੇ ਅਖਬਾਰਾਂ ਦੇ ਵਿੱਚ। ਸੋ ਕਰਤਾਰਪੁਰ ਲਾਂਘਾ ਖੋਲ ਕੇ ਪਾਕਿਸਤਾਨ ਨੇ ਦੁਨੀਆਂ ਭਰ ਦੇ ਸਿੱਖਾਂ ਦਾ ਦਿਲ ਜਿੱਤ ਲਿਆ, ਪਰ ਸਿੱਖ ਪਿਛਲੇ 7 ਦਹਾਕਿਆਂ ਤੋਂ ਰੋਜ਼ਾਨਾ ਹੀ ਅਰਦਾਸਾਂ ਕਰ ਰਹੇ ਸੀ ਕਿ ਪੰਥ ਤੋਂ ਵਿਛੜੇ ਗੁਰੂ ਧਾਮਾਂ ਦੀ ਸੇਵਾ ਸੰਭਾਲ, ਦਾਨ ਬਖਸ਼ਣਾ, ਤੇ ਆਖਿਰ ਇਹ ਅਰਦਾਸ ਜਿਹੜੀ ਹੈ ਇਹਨਾਂ ਸਿੱਖਾਂ ਦੀ ਸੁਣੀ ਗਈ ਹੈ। ਅਹਿਮ ਗੱਲ ਇਹ ਹੈ ਕਿ ਭਾਰਤ ਦੇ ਨਾਲ ਅੰਤਾਂ ਦਾ ਤਣਾਅ ਹੋਣ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਕੀਤੇ ਵਾਅਦੇ ਦੇ ਮੁਤਾਬਕ 9 ਨਵੰਬਰ ਦੇ ਦਿਨ ਕਰਤਾਰਪੁਰ ਦਾ ਲਾਂਘਾ ਜਿਹੜਾ ਉਹ ਖੋਲ ਦਿੱਤਾ। ਪਾਕਿਸਤਾਨ ਸਰਕਾਰ ਨੇ ਸਿੱਖਾਂ ਪ੍ਰਤੀ ਵੱਡੀ ਦਰਿਆਦਿਲੀ ਦਿਖਾਈ ਹੈ ਤੇ ਭਾਰਤੀ ਏਜੰਸੀਆਂ ਬੜੀ ਗਹਿ ਦੇ ਨਾਲ ਵਾਚ ਵੀ ਕਰ ਰਹੀਆਂ ਨੇ, ਤੇ ਇੱਥੋਂ ਤੱਕ ਕਿ ਸਿੱਖਾਂ ਦਾ ਇੱਕ ਵੱਡਾ ਹਿੱਸਾ ਪਾਕਿਸਤਾਨ ਦੇ ਵਿੱਚ ਇਸ ਇਤਿਹਾਸਕ ਫੈਸਲੇ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖ ਰਿਹਾ। ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਪਾਕਿਸਤਾਨ ਦੀ ਇਹ ਚਾਲ ਕਰਾਰ ਦਿੱਤੀ ਸੀ ਕਿ ਪਾਕਿਸਤਾਨ ਵੱਲੋਂ ਇੱਕ ਚਾਲ ਹੈ। ਬੇਸ਼ੱਕ ਇਸ ਲਈ ਕੈਪਟਨ ਦੀ ਜ਼ੋਰਦਾਰ ਆਲੋਚਨਾ ਵੀ ਕੀਤੀ ਗਈ ਸੀ। ਸੋ ਬੜੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਨਿਕਲ ਕੇ ਆਈ ਸੀ ਕੈਪਟਨ ਅਮਰਿੰਦਰ ਸਿੰਘ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ। ਸੂਤਰਾਂ ਦੇ ਮੁਤਾਬਕ ਹੁਣ ਜੇ ਗੱਲ ਕੀਤੀ ਜਾਵੇ ਤਾਂ ਅਮਰੀਕਾ, ਇੰਗਲੈਂਡ ਤੇ ਕੈਨੇਡਾ ਤੋਂ ਆਉਣ ਵਾਲੇ ਵੱਖਵਾਦੀਆਂ ਸਮੇਤ ਪਾਕਿਸਤਾਨ ਦੇ ਵਿੱਚ ਖਾਲਿਸਤਾਨ ਪੱਖੀ ਆਗੂਆਂ ਦੀ ਮੌਜੂਦਗੀ ਨੇ ਭਾਰਤ ਵਿੱਚ ਡੂੰਘੇ ਫਿਕਰਾਂ ਨੂੰ ਖੜਾ ਕਰ ਦਿੱਤਾ ਤੇ ਭਾਰਤ ਦੇ ਸੁਰੱਖਿਆ ਏਜੰਸੀਆਂ ਜਿਹੜੇ ਕਿ ਹੁਣ ਇਸ ਡੂੰਘੇ ਫਿਕਰ ਦੇ ਵਿੱਚ ਪੈ ਗਏ ਨੇ। ਖੁਫੀਆ ਏਜੰਸੀਆਂ ਨੇ ਭਾਰਤ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸਰਦਾਲੂਆਂ ਨਾਲ ਉਹਨਾਂ ਦੇ ਰਲ ਜਾਣ ਦਾ ਡਰ ਜਿਹੜਾ ਕਿ ਜ਼ਾਹਿਰ ਕੀਤਾ ਕਿ ਉਹ ਉੱਥੇ ਜਾ ਕੇ ਰਲ ਸਕਦੇ ਨੇ। ਖੁਫੀਆ ਏਜੰਸੀ ਨੇ ਖਬਰਦਾਰ ਕੀਤਾ ਸਿੱਖ ਫਾਰ ਜਸਟਿਸ SFJ ਵਰਗੀਆਂ ਗਰਮ ਖਿਆਲੀ ਜਥੇਬੰਦੀਆਂ ਆਪਣੇ ਏਜੰਡੇ ਨੂੰ ਲਾਗੂ ਕਰਨ ਲਈ ਕਰਤਾਰਪੁਰ ਲਾਂਘੇ ਦੀ ਵਰਤੋਂ ਦੀ ਯੋਜਨਾ ਬਣਾ ਰਹੀ ਹੈ। ਇਸ ਤਰ੍ਹਾਂ ਦੀ ਜਿਹੜੀ ਕਿ ਵੱਡੀ ਖਬਰ ਨਿਕਲ ਕੇ ਆ ਰਹੀ ਹੈ SFJ ਨੂੰ ਪਾਕਿਸਤਾਨ ਆਧਾਰਿਤ ਜਿਹੜੇ ਕਿ ਅਕਾਵਾਂ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦ ਨੂੰ ਪੈਸੇ ਤੇ ਹੋਰ ਸਹਾਇਤਾ ਮੁਹੱਈਆ ਕਰਾਉਣ ਵਾਸਤੇ ਵਰਤੀ ਜਾ ਰਹੀ ਹੈ। ਇੱਥੋਂ ਤੱਕ ਕਿ ਉੱਥੇ ਦਹਿਸ਼ਤਗਰਦੀਆਂ ਕਰਵਾਉਣ ਵਾਸਤੇ ਅੰਜਾਮ ਦਿੱਤਾ ਜਾ ਸਕੇ ਤੇ ਭਾਰਤ ਪਾਕਿਸਤਾਨ ਗੱਲ ਕਰੀਏ ਤਾਂ ਭਾਰਤ ਦੇ ਮੁਤਾਬਿਕ ਪਾਕਿਸਤਾਨ ਦੇ ਕਈ ਗੁਰਦੁਆਰਿਆਂ ਦੀ ਗੱਲ ਤਾਂ ਕਈ ਗੁਰਦੁਆਰਿਆਂ ਨੂੰ ਖਾਲਿਸਤਾਨੀਆਂ ਨੇ ਪੱਖੀ ਸੁਨੇਹਾ ਲਈ ਵਰਤਿਆ ਤੇ ਇਹ ਵਰਤਿਆ ਵੀ ਜਾ ਰਿਹਾ ਤੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਿੱਖ ਰਾਇਸ਼ੁਮਾਰੀ 2020 ਦੇ ਵਿੱਚ ਪਰਚੇ ਵੀ ਵੰਡੇ ਜਾ ਰਹੇ ਨੇ ਤੇ ਉੱਥੇ ਹੀ ਖੁਫੀਆ ਏਜੰਸੀ ਪਾਕਿਸਤਾਨ ਵੱਲੋਂ ਗੱਲ ਕੀਤੀ ਜਾਵੇ ਡਰੋਨਾਂ ਰਾਹੀਂ ਪੰਜਾਬ ਦੇ ਵਿੱਚ ਹਥਿਆਰ ਭੇਜੇ ਜਾ ਰਹੇ ਨੇ। ਹਥਿਆਰਾਂ ਦੇ ਵੱਡੇ ਜ਼ਖੀਰਿਆਂ ਨੂੰ ਲੈ ਕੇ ਵੀ ਸੁਰੱਖਿਆ ਏਜੰਸੀਆਂ ਵੱਡੀ ਫਿਕਰ ਦੇ ਵਿੱਚ ਦਿਖ ਰਹੀਆਂ ਨੇ। ਭਾਰਤ ਨੇ ਵੱਖ ਵੱਖ ਗੱਲ ਕੀਤੀ ਜਾਵੇ ਭਾਰਤ ਨੇ ਵੱਖਵਾਦੀ ਤੇ ਆਤੰਕਵਾਦੀ ਹਾਫਿਜ਼ ਸਾਈਦ ਤੇ ਉਹਨਾਂ ਦੇ ਸਾਥੀ ਗੋਪਾਲ ਸਿੰਘ ਚਾਵਲਾ ਦੇ ਕਰਤਾਰਪੁਰ ਸਾਹਿਬ ਲਾਂਘੇ ਦੀ ਪ੍ਰਬੰਧਕੀ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਜਾਣ ਤੇ ਇਸ ਦਾ ਇਤਰਾਜ਼ ਪ੍ਰਗਟ ਕੀਤਾ। ਸੋ ਇਹ ਇਤਰਾਜ਼ ਉਹਨਾਂ ਵੱਲੋਂ ਪ੍ਰਗਟ ਕੀਤਾ ਜਾ ਰਿਹਾ ਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਬਾਰੇ ਜੋ ਜਾਰੀ ਵੀਡੀਓ ਹੈ ਉਹਦੇ ਵਿੱਚ 7 ਜਰਨੈਲ ਸਿੰਘ ਭਿੰਡਰਾਂਵਾਲਾ ਤੇ ਸੁਬੇਗ ਸਿੰਘ ਸਮੇਤ ਹੋਰਨਾਂ ਦੀਆਂ ਤਸਵੀਰਾਂ ਦਿਖਾਏ ਜਾਣ ਤੇ ਭਾਰਤ ਨੇ ਵਿਰੋਧ ਦਰਜ ਕਰਵਾਇਆ ਤੇ ਉੱਥੇ ਕਰਤਾਰਪੁਰ ਸਾਹਿਬ 'ਚ ਗੱਲ ਕੀਤੀ ਜਾਵੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਨੇੜੇ ਭਾਰਤੀ ਬੰਬ ਬਾਰੇ ਪੋਸਟਰ ਵੀ ਸ਼ੰਕੇ ਖੜੇ ਕਰ ਰਹੇ ਨੇ। ਸੋ ਭਾਰਤੀ ਬੰਬ ਬਾਰੇ ਪੋਸਟਰਾਂ ਨੇ ਵੀ ਸ਼ੰਕੇ ਖੜੇ ਕਰ ਦਿੱਤੇ ਨੇ ਤੇ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਉੱਥੇ ਲਗਾਏ ਗਏ ਬੋਰਡਾਂ ਦੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਹਵਾਈ ਸੈਨਾ ਨੇ 1971 ਦੀ ਜੰਗ ਵੇਲੇ ਗੁਰਦੁਆਰਾ ਤੇ ਬੰਬ ਸੁੱਟੇ ਸੀ। ਸੋ ਪੋਸਟਰ ਵਿੱਚ ਉਰਦੂ ਤੇ ਗੁਰਮੁਖੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਵੀ ਸਤਰਾਂ ਲਿਖੀਆਂ ਗਈਆਂ ਨੇ ਜਿਸ ਦਾ ਸਿਰਲੇਖ ਵਾਹਿਗੁਰੂ ਜੀ ਦੀ ਕਰਾਮਾਤ ਹੈ। ਪੋਸਟਰ ਮੁਤਾਬਕ ਵਾਹਿਗੁਰੂ ਜੀ ਦੇ ਆਸ਼ੀਰਵਾਦ ਕਾਰਨ ਬੰਬ ਖੂਹ ਵਿੱਚ ਡਿੱਗਿਆ ਤੇ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਭਾਰਤ ਵੱਲੋਂ ਜਿਹੜਾ ਖਾਦਸਾ ਹੈ ਇਹ ਪ੍ਰਗਟ ਕੀਤਾ ਜਾ ਰਿਹਾ ਕਿ ਪਾਕਿਸਤਾਨ ਲਾਂਘੇ ਦੀ ਵਰਤੋਂ ਕਰਕੇ ਸਿੱਖਾਂ ਨੂੰ ਭਰਮਾਉਣਾ ਚਾਹੁੰਦੀ ਹੈ। ਸੋ ਇੱਕ ਸੀ ਖਾਸ ਰਿਪੋਰਟ ਆਜ ਨਿਊਜ਼ ਵਾਲਾ ਦੇ ਉੱਪਰ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਪੜ੍ਹਦੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ। ਜੋਤਿਸ਼ ਸਮਰਾਟ GL ਸ਼ਾਸਤਰੀ ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ 2 ਘੰਟੇ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ। ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੋਤਨ ਦੁਸ਼ਮਣ ਦਾ ਨਾਸ਼, ਹਰ ਤਰ੍ਹਾਂ ਦੇ ਲਾਟੀ ਨੰਬਰ ਦੇ ਮਾਹਿਰ, ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ।
81 468 13 896 81 468 13 896।